ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਜੀ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ, ਚੜ੍ਹਦੀ ਕਲਾ 'ਚ ਰੱਖਣ। ਸਵਾਗਤ ਆ ਜੀ ਤੁਹਾਡੇ ਆਪਣੇ ਚੈਨਲ ਪੰਜਾਬੀ ਵਰਡ ਫੈਮਿਲੀ ਵਿੱਚ। ਲਓ ਜੀ, ਮੋਰਨਿੰਗ ਦਾ ਟਾਈਮ ਆ। ਗੁਰਦੀਪ ਕੰਮ 'ਤੇ ਚਲੇ ਗਿਆ ਅਤੇ ਜੁਬਰਾਜ ਸਕੂਲ ਚਲੇ ਗਿਆ ਸੀ ਇਸ ਟਾਈਮ ਤੱਕ, ਅਤੇ ਮੰਮੀ ਲੱਗੇ ਹੋਏ ਸੀ ਇੱਥੇ ਜਿਹੜਾ ਆਪਣਾ ਕਿੰਨੂ ਬੀਜਿਆ ਹੋਇਆ ਨਾ, ਇਹਦੇ ਆਲੇ ਦੁਆਲੇ ਟੋਆ ਜਿਹਾ ਬਣਾ ਕੇ ਪਾਣੀ ਪਾਉਣ। ਮੰਮੀ ਕਹਿੰਦੀ ਸਾਰਾ ਭਰਨਾ ਪੈਂਦਾ ਇਹ, ਵੀ ਆਪਾਂ ਇੰਨੇ ਕੁ ਜਗ੍ਹਾ ਹੀ ਟੋਆ ਜਿਹਾ ਬਣਾ ਕੇ ਉਹ ਕਰ ਲੈਂਦੇ। ਮੈਂ ਕਿਹਾ ਚਲੋ ਇਹ ਵੀ ਠੀਕ ਆ, ਹੈ ਨਾ, ਜਿੰਨਾ ਫਿਰ ਪਾਣੀ ਪਾਉਂਦੇ ਹਾਂ ਕੱਚੀ ਜਗ੍ਹਾ 'ਤੇ ਆਪਾਂ ਜੀ, ਉਨਾ ਘਾਹ ਬੂਟੀ ਜੀ ਜ਼ਿਆਦਾ ਉੱਗਦੀ ਆ, ਹੈ ਨਾ, ਗਿੱਲੇ ਵਿੱਚ। ਅਤੇ ਡੈਡੀ ਜੀ ਕੋਲ ਬੈਠੇ ਲੱਗੇ ਹੋਏ ਸੀ ਜੀ ਨੌ ਕੱਟਣ ਆਪਣੇ, ਇੱਥੇ ਬਸ ਸਵੇਰ ਸਵੇਰ ਦਾ ਹੀ ਟਾਈਮ ਸੀ, ਅਤੇ ਆਹ ਮਨੀ ਪਲਾਂਟ ਆਪਾਂ ਲਾ ਕੇ ਹੁਣ ਜਿਉਂ ਜਿਉਂ ਧੁੱਪ ਹੋ ਜੂਗੀ ਫਿਰ ਇਹਨੂੰ ਅੰਦਰ ਲੈ ਜੂੰ, ਹਜੇ ਇੱਥੇ ਬਾਹਰੇ ਪਿਆ ਸੀ। ਅਤੇ ਹੋਰ ਮੇਰਾ ਝਾੜੂ ਪੋਚੇ ਦਾ ਸਾਰਾ ਕੰਮ ਹੋਇਆ ਹੋਇਆ ਸੀ, ਡਸਟਿੰਗ ਵਗੈਰਾ ਦਾ। ਕਿਚਨ ਆਪਣਾ ਆ ਗਈ ਸੀ ਮੈਂ ਕਿਚਨ 'ਚ, ਕਿਚਨ 'ਚ ਬਸ ਮੇਰੇ ਨਾਸ਼ਤੇ ਵਾਲੇ ਦੋ ਚਾਰ ਭਾਂਡੇ ਹੀ ਰਹਿੰਦੇ ਸੀ ਧੋਣ ਤੋਂ। ਅਤੇ ਇੱਥੇ ਲੱਗ ਗਈ ਸੀ ਮੈਂ ਤਿਆਰੀ ਕਰਨ ਅੱਜ ਪਾਓ ਭਾਜੀ ਦੀ, ਕਿਉਂਕਿ ਆਪਾਂ ਬਣਾਉਣੀ ਸੀਗੀ ਜੀ ਅੱਜ ਪਾਓ ਭਾਜੀ। ਯੁਵਰਾਜ ਕਹਿ ਕੇ ਗਿਆ ਸੀ, ਕਹਿੰਦਾ ਸਕੂਲੋਂ ਆ ਕੇ ਮੰਮੀ ਰੋਟੀ ਨਹੀਂ ਖਾਣੀ, ਪਾਓ ਭਾਜੀ ਉਹ ਬਣਾ ਲਿਓ। ਪਹਿਲਾਂ ਮੇਰੀ ਸਲਾਹ ਸੀ ਵੀ ਡਿਨਰ 'ਚ ਬਣਾਊਂਗੀ, ਪਰ ਨਹੀਂ, ਯੂ ਵੀ ਕਹਿੰਦਾ ਮੰਮਾ ਮੈਂ ਆ ਕੇ ਹੀ ਖਾਣੀ ਆ ਸਕੂਲੋਂ। ਫਿਰ ਮੈਂ ਕਿਹਾ ਚਲੋ ਠੀਕ ਆ, ਆ ਕੇ ਹੀ ਬਣਾ ਲੈਂਦੀ ਹਾਂ, ਮੇਰਾ ਤਾਂ ਕੰਮ ਮੈਂ ਕਿਹਾ ਵਧੀਆ ਸ਼ੋ, ਸ਼ਾਮ ਨੂੰ ਜ਼ਿਆਦਾ ਹੋ ਜਾਂਦਾ ਕੰਮ, ਦਾਲ ਸਬਜ਼ੀਆਂ ਹੋਰ ਵੀ ਬਣਾਉਣਾ ਹੁੰਦਾ। ਅਤੇ ਲਓ ਜੀ, ਬਟਰ ਆਪਣੇ ਕੋਲ ਪਿਆ ਸੀਗਾ, ਅਮੂਲ ਦਾ ਬਟਰ ਆ ਇਹ, ਅਤੇ ਆਪਾਂ ਇਹ ਪਾ ਲਿਆ। ਅਤੇ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਆਪਾਂ ਹਲਕਾ ਜਿਹਾ ਸਰੋਂ ਦਾ ਤੇਲ, ਕਿਉਂਕਿ ਜ਼ਿਆਦਾ ਬਟਰ ਜੇ ਪੂਰਾ ਬਟਰ 'ਚ ਬਣਾਉਂਦੇ ਹਾਂ ਤਾਂ ਉਹ ਜਲ ਜੇ ਜਾਂਦਾ, ਹੈ ਨਾ, ਜ਼ਿਆਦਾ ਉਹ ਨਹੀਂ ਹੁੰਦਾ, ਤਾਂ ਕਰਕੇ ਆਪਾਂ ਹਲਕਾ ਜਿਹਾ ਨਾਲ ਸਰੋਂ ਦਾ ਤੇਲ ਪਾ ਲਿਆ ਸੀ। ਅਤੇ ਆਹ ਸੀਗੇ ਮੇਰੇ ਪਿਆਜ਼, ਹਰੀ ਮਿਰਚ, ਲਸਣ ਅਤੇ ਅਦਰਕ ਪੀਸ ਕੇ ਰੱਖੇ ਉਹ ਪਾ ਲਏ। ਉਹਨਾਂ ਨੂੰ ਚੰਗੀ ਤਰ੍ਹਾਂ ਬਰਾਊਨ ਕਰਨ ਤੋਂ ਬਾਅਦ ਆਪਾਂ ਪਾ ਲਾਂਗੇ ਟਮਾਟਰ ਦਾ ਪੇਸਟ ਜਿਹੜਾ ਬਣਾਇਆ ਸੀ। ਟਮਾਟਰ 4 ਤੋਂ 5 ਟਮਾਟਰ ਪਾਏ ਸੀ, ਥੋੜ੍ਹੇ ਜ਼ਿਆਦਾ ਪਾਏ ਸੀ। ਪਿਆਜ਼ 3 ਸੀਗੇ ਮੀਡੀਅਮ ਜਿਹੇ ਸਾਈਜ਼ ਦੇ, ਟਮਾਟਰ 4-5 ਸੀਗੇ ਜੀ ਮੀਡੀਅਮ ਸਾਈਜ਼ ਦੇ, ਹੈ ਨਾ, ਠੀਕ ਆ ਜੀ। ਅਤੇ ਇਹਨੂੰ ਵੀ ਆਪਾਂ ਹੁਣ ਹਲਕਾ ਹਲਕਾ ਭੁੰਨਣ ਦੇਵਾਂਗੇ, ਅਤੇ ਨਾਲ ਦੀ ਨਾਲ ਪਾ ਦਾਂਗੇ ਲੂਣ, ਮਿਰਚ ਅਤੇ ਹਲਦੀ। ਧਨੀਆ ਪਾਊਡਰ ਵਗੈਰਾ ਇਹੋ ਜਿਹਾ ਕੋਈ ਵੀ ਮਸਾਲਾ ਮੈਂ ਨਹੀਂ ਪਾਇਆ ਸੀਗਾ, ਬਸ ਲੂਣ ਮਿਰਚ ਹਲਦੀ ਸੀ। ਅਤੇ ਜਾਂ ਪਾਵਾਂਗੇ ਆਪਾਂ 2-2.5 ਚਮਚ ਵੱਡੇ ਪਾਵਾਂਗੇ ਪਾਓ ਭਾਜੀ ਮਸਾਲੇ ਦੇ, ਕਿਉਂਕਿ ਸਾਰਾ ਟੇਸਟ ਦੇਖੋ ਜੀ ਇਹੀ ਚੀਜ਼ ਦਾ ਆਉਣਾ, ਹੈ ਨਾ। ਅਤੇ ਇਹਨੂੰ ਚੰਗੀ ਤਰ੍ਹਾਂ ਹਲਕਾ ਸਿਮ 'ਤੇ ਕਰਕੇ ਮੈਂ ਐਨ ਭੁੰਨ ਲਿਆ ਸੀ, ਅਤੇ ਜਦ ਤੇਲ ਅਤੇ ਬਟਰ ਆਪਣਾ ਸੈਪਰੇਟ ਹੋ ਗਿਆ, ਉਸ ਤੋਂ ਬਾਅਦ 2 ਪਾਤੀਆਂ ਮੀਡੀਅਮ ਸਾਈਜ਼ ਦੀ ਸ਼ਿਮਲਾ ਮਿਰਚ, ਅਤੇ ਆ 5-6 ਸੀਗੇ ਜੀ ਵੱਡੇ ਵੱਡੇ ਪੀਸਿਸ 'ਚ ਕੱਟੇ ਹੋਏ ਮੇਰੇ ਕੋਲ ਆਲੂ। ਸਬਜ਼ੀਆਂ ਦੇ ਨਾਂ 'ਤੇ ਮੇਰੇ ਕੋਲ 2 ਹੀ ਇਹੀ ਚੀਜ਼ਾਂ ਸੀਗੀਆਂ ਜੀ, ਇੱਕ ਆਲੂ ਅਤੇ ਇੱਕ ਸ਼ਿਮਲਾ ਮਿਰਚ, ਹੈ ਨਾ। ਅਤੇ ਇੱਕ ਪਾ ਦਾਂਗੇ ਇਹਦੇ ਵਿੱਚ ਛੋਟਾ ਗਲਾਸ ਆਪਾਂ ਪਾਣੀ ਦਾ, ਅਤੇ ਇਹਨੂੰ ਹੁਣ ਆਪਾਂ ਚੰਗਾ ਜਿਹਾ ਦੇਵਾਂਗੇ ਮਿਕਸ। ਉਸ ਤੋਂ ਬਾਅਦ ਇਹਨੂੰ ਕਰ ਦਾਂਗੇ ਬੰਦ, ਅਤੇ ਇਹਦੇ ਲਵਾਵਾਂਗੇ ਆਪਾਂ 5-6 ਸੀਟੀਆਂ ਲਵਾਵਾਂਗੇ, ਹਾਂਜੀ। ਅਤੇ ਸੱਚ ਜਾਣਿਓ ਜੀ ਇੰਨੀ ਟੇਸਟੀ ਬਣੀ ਸੀ, ਇਹ ਨਾ ਸੋਚਿਓ ਵੀ ਇਕੱਲੇ ਆਲੂ ਜਾਂ ਸ਼ਿਮਲਾ ਮਿਰਚ ਦੀ, ਤੁਸੀਂ ਚਾਹੋ ਤਾਂ ਇਕੱਲੇ ਆਲੂ ਦੀ ਵੀ ਭਾਜੀ ਬਣਾ ਸਕਦੇ ਹੋ, ਬਹੁਤ ਜ਼ਿਆਦਾ ਟੇਸਟੀ ਬਣਦੀ ਆ। ਜ਼ਰੂਰੀ ਨਹੀਂ ਹੈਗਾ ਵੀ, ਕਿਉਂਕਿ ਦੇਖੋ ਜੀ ਸਰਦੀਆਂ 'ਚ ਤਾਂ ਸਬਜ਼ੀ ਹਰ ਇੱਕ ਮਿਲ ਜਾਂਦੀ ਆ, ਗਰਮੀ 'ਚ ਪੋਸੀਬਲ ਨਹੀਂ ਹੁੰਦਾ ਵੀ ਸਾਰੀਆਂ ਸਬਜ਼ੀਆਂ ਮਿਲਣ। ਹੁੰਦੀਆਂ ਸਾਰੀਆਂ ਨੇ, ਉਹ ਨਹੀਂ ਮੈਂ ਕਹਿੰਦੀ ਹੈਗੀ, ਨੋ ਡਾਊਟ, ਪਰ ਐਂ ਸਾਰੀਆਂ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਨੇ ਜੀ, ਪਿੰਡ 'ਚ ਭਾਈ ਨਹੀਂ ਲੈ ਕੇ ਆਉਂਦੇ, ਹੈ ਨਾ, ਜੇ ਆਪਾਂ ਸਪੈਸ਼ਲ ਮੰਗਵਾਉਂਦੇ ਹਾਂ ਤਾਂ ਹੀ ਹੁੰਦੀਆਂ ਨੇ। ਅਤੇ ਇੱਦਾਂ ਫਿਰ ਬੱਚੇ ਤਾਂ ਦੇਖੋ ਵੈਸੇ ਵੀ ਸਬਜ਼ੀ ਘੱਟੇ ਖਾ ਕੇ ਪਸੰਦ ਨੇ, ਆਲੂਆਂ ਦੀ ਵੀ ਬਹੁਤ ਵਧੀਆ ਬਣਦੀ ਹੈ, ਸ਼ਿਮਲਾ ਮਿਰਚ ਪਾ ਲਈ ਸੀ ਵਿੱਚ ਮੈਂ। ਅਤੇ ਹੁਣ ਨਾਲ ਦੀ ਨਾਲ ਮੈਂ ਉੱਧਰ ਉਹਨੂੰ ਸੀਟੀਆਂ ਲਵਾਉਣ ਨੂੰ ਧਰਤਾ ਸੀ, ਅਤੇ ਨਾਲ ਦੀ ਨਾਲ ਆਪਾਂ ਕਰਤੇ ਸੀਗੇ ਭਾਂਡੇ ਸਾਫ, ਜਿਹੜੇ ਪਏ ਸੀ ਤੁਹਾਨੂੰ ਦੱਸਿਆ ਵੀ ਜਿੰਨੇ ਕੁ ਸੀਗੇ, ਮੈਂ ਕਿਹਾ ਨਾਲ ਦੀ ਨਾਲ ਸਮੇਟ ਲਵਾਂ। ਹੁਣ ਮੈਨੂੰ ਇਹ ਸੀ, ਮੈਂ ਕਿਹਾ ਮੈਂ ਸੀਟੀਆਂ ਲਵਾ ਕੇ ਸਿੱਧਾ ਪਹਿਲਾਂ ਨਹਾਇਆ ਵਾਂ, ਪਾਓ ਸੇਕੂੰਗੀ ਜਾਂ ਜੂਵੀ ਆਜੂਗਾ ਜਦੇ, ਵੀ ਹੁਣੇ ਕੀ ਕਰਨੇ ਨੇ, ਬਸ ਨਹਾਉਣ ਦਾ ਹੀ ਕੰਮ ਸੀਗਾ, ਹੋਰ ਸਾਰਾ ਕੰਮ ਮੇਰਾ ਖਤਮ ਕਰਿਆ ਹੋਇਆ ਸੀਗਾ। ਲਓ ਜੀ ਹੁਣ ਨਹਾ ਕੇ ਆਊਂਗੀ, ਉਸ ਤੋਂ ਬਾਅਦ ਯੁਵਰਾਜ ਆਏ ਅਤੇ ਫਿਰ ਸੇਕਾਂਗੇ ਆਪਾਂ ਪਾਓ। ਨਹਾ ਕੇ ਆ ਗਈ ਸੀਗੀ ਜੀ, ਮੈਂ ਦੇਖਿਆ ਕੁੱਕਰ ਖੋਲ੍ਹ ਕੇ, ਅਤੇ ਆਪਣੀ ਸਬਜ਼ੀਆਂ ਐਨ ਮੈਂ ਸੋ ਚੁੱਕੀ ਸੀਗੀ, ਜਿਵੇਂ ਆਲੂ ਅਤੇ ਸ਼ਿਮਲਾ ਮਿਰਚ। ਹੁਣ ਇਹਨੂੰ ਆਪਾਂ ਮੈਸਰ ਨਾਲ ਐਨ ਆਲੂ ਵਾਲਾ ਹੀ ਉਹ ਆ ਜਿਹੜਾ ਭੰਨਣ ਵਾਲਾ ਹੁੰਦਾ, ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਮੈਸ। ਇੰਨੀ ਵਧੀਆ ਬਣੀ ਸੀ, ਪਾਣੀ ਵੀ ਐਨ ਠੀਕ ਆ ਗਿਆ ਸੀ ਨਾ ਮੈਨੂੰ। ਜੇ ਇਸ ਟਾਈਮ 'ਤੇ ਤੁਹਾਡਾ ਥੋੜ੍ਹਾ ਜਿਹਾ ਗਾੜੀ ਲੱਗੇ ਨਾ, ਤੁਸੀਂ ਗਰਮ ਪਾਣੀ ਇਸ ਟਾਈਮ 'ਤੇ ਪਾ ਸਕਦੇ ਹੋ ਜੀ, ਕੋਈ ਉਹ ਨਹੀਂ ਹੁੰਦਾ ਹੈਗਾ, ਟੇਸਟ 'ਚ ਫਰਕ ਨਹੀਂ ਪੈਂਦਾ। ਪਰ ਮੈਨੂੰ ਪਾਉਣ ਦੀ ਨਹੀਂ ਲੋੜ ਪਈ, ਕਿਉਂਕਿ
ਸਾਰਾ ਕੁਛ ਉੱਦਾਂ ਹੀ ਠੀਕ ਆ ਗਿਆ ਸੀਗਾ ਜੀ, ਜ਼ਿਆਦਾ ਨਾ ਗਾੜੀ ਸੀਗੀ ਨਾ ਪਤਲੀ ਸੀ, ਐਨ ਚੰਗੀ ਤਰ੍ਹਾਂ ਠੀਕ ਸੀਗੀ। ਨਿੰਬੂ ਮੇਰੇ ਕੋਲ ਨਹੀਂ ਸੀਗਾ, ਨਹੀਂ ਇਸ ਟਾਈਮ 'ਤੇ ਤੁਸੀਂ ਨਿੰਬੂ ਵੀ ਪਾ ਸਕਦੇ ਹੋ, ਬਟਰ ਮੈਂ ਥੋੜ੍ਹਾ ਜਿਹਾ ਹੋਰ ਪਾਤਾ ਸੀ ਅਤੇ ਨਾਲ ਪਾ ਸਕਦੇ ਹੋ ਤੁਸੀਂ ਨਿੰਬੂ, ਪਰ ਮੇਰੇ ਕੋਲ ਜਿਵੇਂ ਤੁਹਾਨੂੰ ਦੱਸਿਆ ਹੈ ਨਹੀਂ ਸੀ, ਤਾਂ ਕਰਕੇ ਮੈਂ ਪਾਇਆ ਨਹੀਂ ਜੀ, ਮੈਂ ਸਕਿਪ ਕਰਤਾ। ਲਓ ਜੀ, ਇੱਥੇ ਭਾਜੀ ਆਪਣੀ ਬਣ ਕੇ ਤਿਆਰ ਆ, ਅਤੇ ਹੁਣ ਆਪਾਂ ਸੇਕ ਲੈਂਦੇ ਹਾਂ। ਪਾਓ ਭਾਜੀ, ਸੱਚ ਜਾਣੇ 15 ਮਿੰਟ 'ਚ ਕੁੱਕਰ 'ਚ ਰੈਡੀ ਹੋ ਗਈ, ਕੋਈ ਤਾਮ ਝਾਮ ਕਰਨ ਦੀ ਲੋੜ ਪਈ, ਕੋਈ ਮੈਂ ਅਲੱਗ ਤੋਂ ਸਬਜ਼ੀਆਂ ਵਾਵਲ ਨਹੀਂ ਕੀਤੀਆਂ ਹੈਗੀਆਂ, ਕੋਈ ਕੁਛ ਨਹੀਂ ਕੀਤਾ ਹੈਗਾ, ਸਿੰਪਲ ਦੇ ਤਰੀਕੇ ਨਾਲ ਬਣਾਈ ਆ। ਬਾਕੀ ਹੁਣ ਤੁਹਾਨੂੰ ਖਾ ਕੇ ਟੇਸਟ ਦੱਸੇ ਦਿੰਦੇ ਹਾਂ ਵੀ ਕਿਵੇਂ ਬਣੀ ਆ, ਕਿੱਦਾਂ ਦਾ ਲੱਗਦਾ ਸੀਗਾ। ਮੇਰੇ ਕੋਲ ਨਾ ਕਾਵਾਲੀ ਮਸਾਲਾ ਪਿਆ ਸੀ, ਫਿਰ ਮੈਨੂੰ ਇਹ ਸੀਗਾ ਮੈਂ ਕਿਹਾ ਖਰਾਬ ਹੀ ਹੋ ਜਾਣਾ ਹੈ ਨਾ, ਵੀ ਹੁਣ ਆਪਾਂ ਮੱਖਣ ਵੀ ਪਿਆ ਸੀਗਾ 2 ਕੁ ਦਿਨ ਦਾ ਹੀ ਲਿਆਉਂਦਾ, ਹਰ ਤਾਂ ਕੀ ਕਰ ਲਿਆਉਂਦਾ ਸੀ ਉੱਧਰ, ਤਾਂ ਕਰਕੇ ਆਪਾਂ ਪਾਓ ਮਗਾਉਣ ਸਬਜ਼ੀਆਂ ਵੀ ਸੀਗੀਆਂ ਜੀ। ਠੀਕ ਆ ਜੀ, ਅਤੇ ਗੁਰਦੀਪ ਨੂੰ ਆਪਾਂ ਰੱਖ ਦਾਂਗੇ ਸ਼ਾਮ ਨੂੰ, ਪਹਿਲਾਂ ਵੀ ਰਾਤ ਨੂੰ ਡਿਨਰ ਦੇ ਵਿੱਚ ਬਣਾਉਣ ਦੀ ਸਲਾਹ ਤਾਂ ਸੀਗੀ, ਪਰ ਫਿਰ ਜੂਵੀ ਕਹਿੰਦਾ ਮੈਂ ਮੰਮਾ ਲੰਚ ਹੁਣੇ ਖਾਣੀ ਆ ਸਕੂਲੋਂ ਆ ਕੇ, ਵੀ ਡਿਨਰ ਵਿੱਚ ਰਾਤ ਨੂੰ ਨਹੀਂ ਖਾਣੀ, ਤਾਂ ਫਿਰ ਦੁਬਾਰਾ ਖਾ ਲੂੰਗਾ ਡੈਡੀ ਨਾਲ। ਫਿਰ ਮੈਨੂੰ ਵੀ ਹੋ ਗਿਆ, ਮੈਂ ਕਿਹਾ ਚਲੋ ਜੇ ਉਹਦਾ ਇੰਨਾ ਦਿਲੇ ਕਰਦਾ ਨਾ ਤਾਂ ਆਪਾਂ ਉੱਦਾਂ ਹੀ ਬਣਾ ਲਈ, ਉਹਨੂੰ ਗਰਮ ਗਰਮ ਪਹਿਲਾਂ ਦੇ ਦੂੰਗੀ। ਅਸੀਂ ਤਾਂ ਜੀ ਨਾਸ਼ਤਾ ਕਰਿਆ ਹੋਇਆ, ਅਤੇ ਮੈਂ ਤਾਂ ਠਹਿਰ ਕੇ ਖਾਊਂਗੀ, ਮੈਂ ਨਹੀਂ ਖਾਣਾ ਹੈਗਾ ਹਜੇ। ਮੱਖਣ ਦਾ ਮੇਰੇ ਕੋਲ ਪੈਕਟ ਜਿਹੜਾ ਅਮੂਲ ਦਾ ਹੁੰਦਾ ਉਹ ਇੱਕੋ ਸੀਗਾ, ਉਹ ਆਪਾਂ ਕੁਝ ਕੁ ਭਾਜੀ 'ਚ ਪਾ ਲਿਆ ਜੀ, ਕੁਝ ਕੁ ਪਾਉਣ ਅਤੇ ਥੱਲੇ ਨੀਚੇ ਲਾ ਲਿਆ ਸੇਕਣ ਨੂੰ, ਕੁਝ ਕੁ ਆਪਾਂ ਹੁਣ ਮੱਖਣ ਆ ਜਿਹੜਾ ਘਰ ਦਾ ਹੁੰਦਾ ਫਰੈਸ਼ ਮੱਖਣ ਆ ਉਹਦੇ ਨਾਲ ਲਾਵਾਂਗੇ। ਲਓ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਆਪਣੇ ਆ ਕੇ ਗੈਸਟ ਬਾਹਰ ਬੈਠੇ ਨੇ, ਤਾਂ ਕਰਕੇ ਹੌਲੀ ਬੋਲਦੀ ਹਾਂ। ਯੂਵੀ ਲੱਗਿਆ ਪਾਓ ਆ ਜੀ ਖਾਣ, ਅਤੇ ਗਰਮ ਗਰਮ ਉਹਨੇ ਪਾਲੀ ਮੂੰਹ 'ਚ, ਜਿਹੜਾ ਮੈਂ ਪਹਿਲਾਂ ਕਿਹਾ ਵੀ ਗਰਮ ਨਾ, ਬਹੁਤ ਗਰਮ ਦੱਸੂਗਾ ਹੁਣ ਤੁਹਾਨੂੰ ਕਿਵੇਂ ਆ। ਵਧੀਆ ਕੀ ਲੱਗੀ ਹੋਊਗੀ, ਗਰਮ ਏ ਬਹੁਤ ਆ, ਦੇਖੋ ਜੀ ਸ਼ਕਲ, ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਂਦੇ ਹਾਂ ਕਿਵੇਂ ਲੱਗੀ ਪੁੱਤ। ਹੈਂ ਟੇਸਟੀ ਆ ਨਾ, ਇੱਕ ਨਿੰਬੂ ਨਹੀਂ ਸੀ ਅੱਜ ਪਾਉਣ ਨੂੰ ਵਿੱਚ, ਨਹੀਂ ਪਾ ਉਹਦੇ ਵਿੱਚ ਭਾਜੀ 'ਚ ਪਾਇਆ ਹੁੰਦਾ, ਖੱਟਾ ਖੱਟਾ ਹੋ ਜਾਂਦਾ ਨਾ ਉਹਦੇ ਨਾਲ, ਥੋੜ੍ਹੀ ਜਿਹੀ ਖਟਾਸ ਜੀ ਤੇ ਟੇਸਟੀ ਆ। ਗਰਮ ਆ ਪਰ ਫੂਕ ਮਾਰ ਲਾ, ਹਾਂ ਨਾਲੇ ਲੱਗਦੀ ਆ ਗਰਮ, ਪੰਗੇ ਲਈ ਜਾਂਦਾ। ਆਹ ਦੇਖੋ ਜੀ ਸ਼ਕਲ ਬੜੀ ਸੋਹਣੀ ਆ, ਜੇ ਵੀ ਹੱਥ ਪਰੇ ਕਰੀ ਪੁੱਤ ਆ ਲਾ, ਚੱਲ ਖਾ, ਮੈਂ ਤੈਨੂੰ ਹੋਰ ਲਿਆ ਕੇ ਦਿੰਦੀ ਹਾਂ ਠੀਕ ਆ। ਇੱਥੇ ਯੂਵੀ ਨੂੰ ਪਾਓ ਭਾਜੀ ਦੇਣ ਤੋਂ ਬਾਅਦ ਜੀ ਮੈਂ ਆ ਗਈ ਸੀ ਕਿਚਨ 'ਚ, ਕਿਚਨ 'ਚ ਬਣਾਈ ਸੀ ਆ ਕੇ ਚਾਹ, ਜਿਵੇਂ ਤੁਹਾਨੂੰ ਦੱਸਿਆ ਹੀ ਆ ਵੀ ਆਪਣੇ ਆ ਗਏ ਸੀ ਗੈਸਟ, ਗੈਸਟ ਕੌਣ ਆ ਗਏ ਸੀ ਅੱਗੇ ਮਿਲਾਉਂਦੇ ਆ ਤੁਹਾਨੂੰ, ਅਤੇ ਚਾਹ ਬਣਾ ਕੇ ਮੈਂ ਕਿਹਾ ਚਾਹ ਦੇ ਦਾ, ਪਹਿਲਾਂ ਮੈਂ ਉਹਨਾਂ ਨੂੰ ਪਾਓ ਭਾਜੀ ਪੁੱਛਿਆ, ਪਰ ਉਹ ਕਹਿੰਦੇ ਨਹੀਂ ਖਾਣੀ ਹੈਗੀ, ਵੀ ਨਾਸ਼ਤਾ ਅਸੀਂ ਹੁਣੇ ਘਰੋਂ ਕਰਕੇ ਆਏ ਹਾਂ, ਕਿਉਂਕਿ ਦੇਖੋ 11:30 ਦਾ ਹੀ ਟਾਈਮ ਸੀਗਾ ਹੈ ਨਾ,
ਅਤੇ ਲਓ ਜੀ ਗੈਸਟ ਸੀਗੇ ਆਪਣੇ ਭੂਆ ਜੀ ਇੱਥੋਂ ਪਿੰਡੋਂ ਹੀ ਆਪਣੇ ਗਵਾਂਢ 'ਚੋਂ ਭੂਆ ਜੀ ਸੀਗੇ ਇੱਕ ਇਹ ਆਏ ਸੀ ਅਤੇ ਇਹਨਾਂ ਦਾ ਪੋਤਾ ਸੀਗਾ ਸਾਈਡ 'ਤੇ ਡੈਡੀ ਜੀ ਕੋਲ ਬੈਠਾ ਜਿਹੜਾ ਇਹ ਇਹਨਾਂ ਨੂੰ ਛੱਡ ਗਿਆ ਸੀਗਾ ਅਤੇ ਫਿਰ ਸ਼ਾਮ ਤੱਕ ਇਹ ਹੁਣ ਆਪਣੇ ਕੋਲ ਰਹਿਣਗੇ ਡੈਡੀ ਜੀ ਵਾਪਸ ਫਿਰ ਡੈਡੀ ਜੀ ਛੱਡ ਇਹਨੇ ਮਤਲਬ ਉਹਦਾ ਮੋਬਾਈਲ ਖਰਾਬ ਸੀ ਦੋ ਵੱਲੇ ਮੋਬਾਈਲ ਦੀ ਦੇਖਤਾ ਦਾ ਧਿਆਨ ਘਰ ਵਾਧੂ ਤੇ ਸਾਈਕਲ ਵੀ ਲੱਗ ਗਿਆ ਉਹ ਤੇ 2000 ਉਤੇ ਬਗਾਤਾ ਕਹਿੰਦਾ ਅੱਜ ਪੈਸੇ ਦਾਤੇ ਵਰਸਨ ਦੇ ਨਾ ਤੇ ਉਹ ਤਾਂ ਕਹਿੰਦਾ ਫੋਨ ਟੁੱਟ ਗਿਆ ਉਹ ਰਾਤ ਨੂੰ ਜਾਇ ਜੀ ਟੁੱਟ ਗਿਆ ਹਾਂ ਉਹਨਾਂ ਨੂੰ ਛਾਲਾ ਮਾਰਦਾ ਵੀ ਮੈਂ ਬੰਦਾ ਹਾਂ ਉਹ ਜਨ ਕਹਿਤਾ ਨੇ ਫੋਨ ਨੂੰ ਕੰਮ ਦਾ ਹੈਗਾ ਟਾਈਮ ਕਿ ਜਾਂ ਕਵਰ ਆਏਗਾ ਦੁਨੀਆ 'ਚ ਬੇਈਮਾਨੀ ਵੱਧਦਾ ਭੂਆ ਦੀ ਹੁਣ ਅੱਜ ਕੱਲ੍ਹ ਤੁਰਦੇ ਬੇਈਮਾਨੀ ਵਾਲੇ ਪਾਣੀ ਤੇ ਲਓ ਜੀ ਇੱਥੇ ਡੈਡੀ ਜੀ ਅਤੇ ਭੂਆ ਜੀ ਨੂੰ ਦੇ ਕੇ ਮੈਂ ਚਾਹ ਅਤੇ ਬ੍ਰੈਡ ਯੁਵਰਾਜ ਨੂੰ ਦਿੱਤਾ ਸੀ ਫਰੂਟ ਕਿਉਂਕਿ ਉਹ ਕਹਿੰਦਾ ਮੰਮਾ ਮੈਂ ਨਹੀਂ ਖਾਣਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਪਾਓ ਭਾਜੀ ਲੇਟ ਖਾਧੀ ਸੀਗੀ ਤਾਂ ਕਰਕੇ ਉਹ ਕਹਿੰਦਾ ਮੈਂ ਨਹੀਂ ਖਾਣਾ ਮੈਂ ਕਿਹਾ ਚੱਲ ਠੀਕ ਹੈ ਜੀ ਅਤੇ ਕੁਝ ਕੁ ਬੱਚਿਆਂ ਦੇ ਆਏ ਨੇ ਜੀ ਮੇਰਾ CBSE ਦੇ ਆਏ ਨੇ ਰਿਜ਼ਲਟ ਆਇਆ 10th ਅਤੇ 12ਵੀਂ ਦਾ ਅਤੇ ਇੱਕ ਦੀਦੀ ਹੈ ਜੀ ਕੁਲਦੀਪ ਕੌਰ ਉਹਨਾਂ ਦੇ ਬੇਟੇ ਦਾ ਆਇਆ ਰਿਚਕਰਨ ਸਿੰਘ ਬੇਟਾ ਉਹਦਾ 10th ਕਲਾਸ ਦਾ 80% ਲੈ ਕੇ ਪਾਸ ਹੋ ਗਿਆ ਕੰਗਰੈਚੁਲੇਸ਼ਨ ਬੇਟਾ ਜੀ ਗੋਡ ਬਲੈਸ ਯੂ ਪਵਨਪ੍ਰੀਤ ਕੌਰ ਦੀ ਬੇਟੇ ਦਾ ਆਇਆ ਜੀ 10th ਕਲਾਸ ਦਾ ਹੀ 97% ਲੈ ਕੇ ਪਾਸ ਹੋਇਆ ਜੀ ਉਹ ਵੀ ਕੰਗਰੈਚੁਲੇਸ਼ਨ ਬੇਟਾ ਜੀ ਜਸਨੂਰ ਬਰਾੜ ਦੀ ID ਤੋਂ ਦੀ ਦੇ ਬੇਟੇ ਦਾ ਰਿਜ਼ਲਟ ਆਇਆ ਜੀ
10th ਦਾ ਹੀ 85% ਲੈ ਕੇ ਪਾਸ ਹੋਇਆ। ਕੰਗ੍ਰੈਚੁਲੇਸ਼ਨ ਬੇਟਾ ਜੀ। ਇੱਕ ਨੇ ਜੀ ਦੀਦੀ ਦੇ ਉਹਨਾਂ ਦੀ ਬੇਟੀ ਕੋਮਲਪ੍ਰੀਤ ਕੌਰ 10th ਕਲਾਸ ਦਾ 95% ਲੈ ਕੇ ਪਾਸ ਹੋਈ ਹੈ। ਕੰਗ੍ਰੈਚੁਲੇਸ਼ਨ ਬੇਟਾ ਜੀ। ਇੱਕ ਨੇ ਜੀ ਬੇਟੀ ਰੁਪਿੰਦਰ ਕੌਰ ਸੰਘੋਵਾਲ ਤੋਂ ਉਹਨਾਂ ਦਾ 12th ਕਲਾਸ ਦਾ ਰਿਜ਼ਲਟ ਆਇਆ ਜੀ 90% ਲੈ ਕੇ ਪਾਸ ਹੋਏ ਨੇ ਜੀ ਨੋਨ ਮੈਡੀਕਲ 'ਚੋਂ। ਕੰਗ੍ਰੈਚੁਲੇਸ਼ਨ ਬੇਟਾ ਜੀ। ਸਾਰੇ ਬੱਚਿਆਂ ਨੂੰ ਜੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ, ਮੁਬਾਰਕਾਂ ਬੱਚਿਆਂ ਨੂੰ ਅਤੇ ਉਹਨਾਂ ਦੀ ਫੈਮਿਲੀ ਨੂੰ ਵੀ। ਅਤੇ ਲਓ ਜੀ ਇੱਥੇ ਭੂਆ ਜੀ, ਸ਼ਾਮ ਨੂੰ 4:30 ਵਜੇ ਦਾ ਟਾਈਮ ਹੋ ਗਿਆ ਸੀ, ਭੂਆ ਜੀ ਨੂੰ ਡੈਡੀ ਜੀ ਚੱਲੇ ਸੀਗੇ ਛੱਡਣ ਅਤੇ ਅਸੀਂ ਉਹਨਾਂ ਨੂੰ ਤੋਰ ਰਹੇ ਸੀਗੇ ਅਤੇ ਹੁਣ ਸੁਣਨਾ ਸੁਣਨਾ ਜਿਹਾ ਹੋ ਗਿਆ ਸੀ। ਭੂਆ ਜੀ ਆਪਾਂ ਤੋਰਿਆਂ ਦੇ ਡੈਡੀ ਜੀ ਛੱਡਣ ਗਏ ਨੇ, ਜਿਵੇਂ ਤੁਹਾਨੂੰ ਦੱਸਿਆ ਸੀ ਸਵੇਰੇ ਭੂਆ ਜੀ ਦੇ ਪੋਤਾ ਛੱਡ ਗਿਆ ਸੀਗਾ ਅਤੇ ਹੁਣ ਡੈਡੀ ਜੀ ਛੱਡਣ ਗਏ ਨੇ, ਹੈ ਨਾ। ਉਹਨਾਂ ਨੂੰ ਇਹ ਭੂਆ ਜੀ ਸੀਗੇ ਜੀ ਆਪਣੇ ਪਿੰਡ 'ਚੋਂ ਹੀ, ਪਿੰਡ 'ਚੋਂ ਮੀਨ ਵੀ ਆਪਣੇ ਗਵਾਂਢ 'ਚੋਂ ਸੀਗੇ, ਹੈ ਨਾ। ਵੀ ਦੇਖੋ ਜੀ ਰਿਸ਼ਤਾ ਇਹ ਹੁੰਦਾ ਵੀ ਰਿਸ਼ਤਾ ਖੂਨ ਦੇ ਹੋਣੇ ਜ਼ਰੂਰੀ ਨਹੀਂ ਹੈਗੇ, ਰਿਸ਼ਤੇ ਬਸ ਪਿਆਰ ਦੇ ਹੋਣੇ ਚਾਹੀਦੇ ਨੇ, ਹੈ ਨਾ, ਮਾਣ ਆਦਰ ਵਾਲੇ ਹੋਣੇ ਚਾਹੀਦੇ ਨੇ। ਭੂਆ ਜੀ ਇੰਨਾ ਪਿਆਰ ਕਰਦੇ ਨੇ, ਇਹ ਭੂਆ ਜੀ ਦੇ ਭਰਾ ਨਹੀਂ ਹੈਗਾ, ਇੱਥੇ ਪਿੰਡ ਨਾ ਇਹ ਆਪਣੇ ਘਰ ਹੀ ਆਉਂਦੇ ਹੁੰਦੇ ਨੇ। ਡੈਡੀ ਜੀ ਮੰਮੀ ਜੀ ਵੀ ਹਰ ਦੁੱਖ ਤਕਲੀਫ 'ਚ ਇਹਨਾਂ ਦੇ ਜਾਂਦੇ ਨੇ, ਦੇਖ ਲਓ, ਹੈ ਨਾ। ਇੱਥੇ ਕੋਲੇ ਆਪਣੇ 2-3 ਕੁ ਪਿੰਡ ਛੱਡ ਕੇ ਇਹ ਵਿਆਹੇ ਹੋਏ ਨੇ ਅਤੇ ਇਹ ਵੀ ਭੂਆ ਜੀ ਪੱਕਾ ਆਉਂਦੇ ਹੀ ਆਉਂਦੇ ਨੇ, ਦੁੱਖ ਦੇ ਹੋਵੇ ਸੁੱਖ ਦਾ ਹੋਵੇ, ਵੈਸੇ ਵੀ ਨੋਰਮਲੀ ਮਿਲਣ ਵੀ ਆ ਜਾਂਦੇ ਨੇ। ਇੰਨਾ ਪਿਆਰ ਆਉਂਦਾ ਇਹਨਾਂ ਦਾ ਬਹੁਤ ਜ਼ਿਆਦਾ, ਹੈ ਨਾ। ਵੀ ਇਹ ਹੁਣੇ ਸਵੇਰੇ ਆ ਗਏ ਸੀਗੇ UV ਜਾਂ ਸਕੂਲੋਂ, ਮੈਂ ਹਜੇ ਉਹਨੂੰ ਪਾਓ ਭਾਜੀ ਦੇ ਹੀ ਰਹੀ ਸੀਗੀ, 11:30 ਆ ਗਏ ਸੀਗੇ ਪਾਓ ਭਾਜੀ ਤਾਂ, ਪਰ ਇਹਨਾਂ ਨੇ ਨਹੀਂ ਖਾਧੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਬਜ਼ੁਰਗਾਂ ਨੂੰ ਇਹੋ ਜਿਹੀਆਂ ਚੀਜ਼ਾਂ ਘੱਟ ਪਸੰਦ ਆਉਂਦੀਆਂ ਨੇ, ਹੈ ਨਾ। ਫਿਰ ਦੁਪਹਿਰੇ ਆਪਾਂ ਬ੍ਰੈਡ ਵਗੈਰਾ ਮੰਗਾ ਲਏ ਸੀਗੇ ਅਤੇ ਉਹ ਚਾਹ ਨਾ ਆਪਾਂ ਲੈ ਲਏ ਸੀਗੇ ਅਤੇ ਉਹੀ ਹੱਸਦੀਆਂ ਵੀ ਖੂਨ ਦੇ ਰਿਸ਼ਤੇ ਜ਼ਰੂਰੀ ਨਹੀਂ, ਦੇਖੋ ਚਾਹੇ ਹਾਲਾਂਕਿ ਸਾਡਾ ਖੂਨ ਦਾ ਕੋਈ ਰਿਸ਼ਤਾ ਨਹੀਂ ਇਹਨਾਂ ਨਾਲ, ਪਰ ਪਿਆਰ ਦਾ ਨਾ ਜਿਹੜਾ ਉਹ ਖੂਨ ਨਾਲ ਵੀ ਵੱਧਦਾ ਜੀ। ਇਹ ਪਿਆਰ ਦੇ ਰਿਸ਼ਤੇ ਬਹੁਤ ਹੋਣੇ ਜ਼ਰੂਰੀ ਨੇ, ਖੂਨ ਦੇ ਤਾਂ ਦੇਖੋ ਅੱਜ ਕੱਲ੍ਹ ਐਸੇ ਵੈਸੇ ਹੀ ਟਿਕਦੇ ਨੇ, ਅਜੇ ਪਿਆਰ ਦੇ ਵੱਧ ਵਧੀਆ ਟਿਕ ਜਾਂਦੇ ਨੇ। ਅਤੇ ਉੱਧਰੋਂ ਤਾਈ ਜੀ ਆਪਣੇ ਆ ਗਏ ਸੀਗੇ, ਉਹ ਵੀ ਮਿਲ ਗਏ ਸੀ ਕਿਉਂਕਿ ਦੇਖੋ ਜੀ ਤੁਸੀਂ ਦੇਖ ਚੁੱਕੇ ਹੋ ਭੂਆ ਜੀ ਤੋਂ ਤੁਰ ਫਿਰ ਨਹੀਂ ਹੁੰਦਾ ਇੰਨਾ, ਉਹਨਾਂ ਦੀ ਪਿੱਠ 'ਚ ਪ੍ਰੋਬਲਮ ਆ ਸ਼ੁਰੂ ਤੋਂ ਹੀ, ਹੈ ਨਾ, ਉਹ ਇੱਦਾਂ ਹੀ ਕੋਡੇ ਹੋਏ ਪਏ ਨੇ ਵੀ ਤੁਰ ਨਹੀਂ ਹੁੰਦਾ ਹੈਗਾ, ਵੀ ਚਲੋ ਇੰਨਾ ਹੀ ਆ ਵੀ ਆਪਾਂ ਨੂੰ ਮਿਲ ਜਾਂਦੇ ਨੇ, ਹੈ ਨਾ। ਅਤੇ ਮੈਨੂੰ ਕਹਿ ਕੇ ਕਹਿੰਦੇ ਹੁਣ ਜ਼ਰੂਰ ਆਈ ਜ਼ਰੂਰ ਆਈ, ਹੁਣ ਆਪਾਂ ਜਾਣਾ ਇੱਕ ਦਿਨ ਜਾ ਕੇ ਆਊਂਗੀ ਦੇਖੂੰਗੀ, ਡੈਡੀ ਜੀ ਨੂੰ ਕਹੂੰਗੀ ਵੀ ਇਹ ਤਾਂ ਇੱਧਰੋਂ ਸ਼ਹਿਰ ਸ਼ਹਿਰ ਤੋਂ ਬਾਹਰ ਬਾਹਰ ਰਹਿ ਜਾਂਦਾ। ਮੈਂ ਕਿਹਾ ਡੈਡੀ ਜੀ ਗੱਡੀ 'ਚ ਲੈ ਚੱਲਿਓ ਮੰਮੀ, ਮੈਂ ਚੱਲ ਜਾਊਂਗੀ ਨਾਲ, ਤਾਈ ਜੀ ਕਹਿੰਦੇ ਸੀਗੇ ਵੀ ਮੈਂ ਵੀ ਚੱਲੂੰਗੀ, ਉਹ ਆਪਣੇ ਪਿੰਡ ਵਾਲੇ ਤਾਈ ਜੀ ਨੇ ਆ ਜਿਹੜੇ ਮਿਲਣ ਆਏ ਸੀਗੇ, ਉੱਧਰੋਂ ਮੈਂ ਫੋਨ ਕਰਕੇ ਸੱਦ ਲਏ ਸੀ ਅਤੇ ਉਹਨਾਂ ਨੂੰ ਤੋਰਤਾ ਜੀ ਕਿਚਨ। ਦੇਖੋ ਮੇਰੀ ਕਿਚਨ ਦੀ ਹਾਲਤ, ਦੇਖੋ ਮੈਂ ਉਹ ਪਹਿਲਾਂ ਅਸੀਂ ਖਾ ਲਏ ਸੀਗੇ ਬ੍ਰੈਡ ਵਗੈਰਾ ਜਿਵੇਂ ਤੁਹਾਨੂੰ ਦੱਸਿਆ, ਫਿਰ ਮੈਨੂੰ ਹੁੰਦਾ ਕੁਛ ਠੰਡਾ ਠੰਡਾ ਹੋਵੇ, ਫਿਰ ਮੈਂ ਬਣਾ ਲਿਆ ਸੀਗਾ ਮੈਂਗੋ ਸ਼ੇਕ। ਮੈਂਗੋ ਸ਼ੇਕ ਪੀ ਕੇ ਅਸੀਂ ਹਜੇ ਦੇਖੋ ਮਿਕਸੀ ਮੁਕਸੀ ਸਾਰੇ ਮੇਰੇ ਭਾਂਡੇ ਉੱਦਾਂ ਹੀ ਪਏ ਨੇ, ਕੱਚ ਦੇ ਗਲਾਸ ਹੋ ਗਏ ਜਿਵੇਂ ਆ, ਚਾਹ ਵਾਲੇ ਹੋ ਗਏ ਭਾਂਡੇ ਸਾਰੇ। ਇਹ ਬਸ ਹੁਣ ਮੈਂ ਕਿਚਨ ਆਪਣਾ ਸਮੇਟਣ ਲੱਗਦੀ ਹਾਂ ਅਤੇ ਮੈਨੂੰ ਦਾਲ ਸਬਜ਼ੀ ਮੈਂ ਬਣਾਉਣੀ ਨਹੀਂ ਕਿਉਂਕਿ ਸਬਜ਼ੀ ਮੇਰੇ ਕਾਲੇ ਚਨਿਆਂ ਦੀ ਪਈ ਆ ਜਿਹੜੀ ਮੈਂ ਕੱਲ੍ਹ ਰਾਤ ਨੂੰ ਬਣਾਈ ਸੀ, ਸਵੇਰੇ ਕਿਸੇ ਨੇ ਖਾਧੀ ਨਹੀਂ ਹੈਗੀ। ਮੰਮੀ ਡੈਡੀ ਨੇ ਦਹੀਂ ਨਾਲ ਰੋਟੀ ਖਾ ਲਈ, ਮੈਂ ਅਤੇ UV ਨੇ ਨਾ, ਮੈਂ ਤਾਂ ਸੱਚੇ ਦਹੀਂ ਨਹੀਂ ਹਾਂਜੀ ਖਾ ਲਈ ਸੀਗੀ, UV ਨੇ ਪਾਓ ਭਾਜੀ ਖਾ ਲਈ ਆ ਕੇ, ਹੈ ਨਾ, ਭਾਜੀ ਬਣਾ ਲਈ ਅਤੇ ਹੁਣ ਉਹ ਵੀ ਪਈ ਆ, ਦੇਖੋ ਉਹ ਵੀ ਬਣੀ ਪਈ ਆ ਹਜੇ। ਅਤੇ ਇਹ ਫਿਰ ਮੈਂ ਗੁਰਦੀਪ ਨੂੰ ਕਹਿਤਾ ਸੀ, ਮੈਂ ਕਿਹਾ ਥੋੜ੍ਹਾ ਜਿਹਾ ਤੁਸੀਂ ਪਾਓ ਹੋਰ ਲਿਆਇਓ ਨਾਲ, ਕਿਉਂਕਿ ਪਾਓ ਦਾ ਮੈਂ 1 ਪੈਕਟ ਮੰਗਾਇਆ ਸੀ ਡੈਡੀ ਜੀ ਤੋਂ। ਮੈਂ ਗੁਰਦੀਪ ਨੂੰ ਕਹਿਤਾ ਸੀ, ਮੈਂ ਕਿਹਾ ਤੁਸੀਂ ਪਾਓ ਹੋਰ ਲਿਆਇਓ ਵੀ ਆਪਾਂ ਭਾਜੀ ਪਈ ਆ, ਸ਼ਾਮ ਨੂੰ ਹੁਣ ਮਾਰੂੰਗੀ ਮਿਸ, ਕੋਈ ਦਾਲ ਸਬਜ਼ੀ ਬਣਾਉਣੀ ਨਹੀਂ ਕਿਉਂਕਿ ਦੇਖੋ ਜੀ ਜੇ ਮੈਂ ਨਵੀਂ ਬਣਾ ਲਈ ਤਾਂ ਪੁਰਾਣੀਆਂ ਨੇ ਪਈਆਂ ਰਹਿਣਾ। 2 ਦਿਨ ਹੋ ਗਏ, 3 ਦਿਨ ਮੈਂ ਤਾਂ UV ਨੂੰ ਹੱਸਦੀ ਹਾਂ, ਮੈਂ ਕਿਹਾ ਤਾਂ ਖਾਣ ਪੀਣ 'ਚ ਨਗਾਈ ਜਾਂਦੇ ਹਾਂ ਰੋਜ਼, ਕਿੰਨਾ ਕਿੰਨਾ ਖਾਈ ਜਾਂਦੇ ਹੋ ਕੱਪੜਿਆਂ ਵਾਂਗੂ, ਕਦੇ ਕੁਛ ਖਾ ਲਾ ਕਦੇ ਕੁਛ ਖਾ ਲਾ। UV 11:30 ਆ ਜਾਂਦਾ ਨਾ, ਇਹਦੇ ਨਾਲ ਸਾਨੂੰ ਵੀ ਆਇਆ ਹੁੰਦਾ ਆ ਖਾ ਲਾ ਜਾ, ਇਹਨੂੰ ਕੋਈ ਚੀਜ਼ ਦੇਣ ਲੱਗਦੀ ਆਪ ਵੀ ਜਦੇ ਮੂੰਹ ਮਾਰਨ ਲੱਗ ਜਾਂਦੀ ਹਾਂ। ਅਤੇ ਲਓ ਜੀ ਹੁਣ ਕੰਮ ਕਾਰ ਤੁਹਾਨੂੰ ਮੈਂ ਦੱਸਿਆ ਜਿਵੇਂ ਕਰੀਏ ਹੁਣ ਕਿਚਨ ਦੇ ਸ਼ੁਰੂ ਅਤੇ ਵੀਡੀਓ ਦਾ ਕਰਦੇ ਹਾਂ ਜੀ, ਹੁਣ ਆਪਾਂ ਐਂਡ ਵੀਡੀਓ। ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ,
ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ ਜ਼ਰੂਰ ਕਰਕੇ ਜਾਇਆ ਕਰੋ, ਜ਼ਿਆਦਾ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰਿਆ ਕਰੋ। 4 ਮਹੀਨੇ ਰਹਿ ਗਏ ਜੀ ਮੇਰੇ 2 ਸਾਲ ਹੋਣ 'ਚ, ਆਪਾਂ 10 ਕੇ ਪੱਕੇ ਕਰਨੇ ਨੇ। ਮਿਲਦੇ ਹਾਂ ਜੀ ਕੋਨੇ ਵੀਡੀਓ 'ਚ। ਓਕੇ ਜੀ, ਬਾਏ, ਟੇਕ ਕੇਅਰ।